वाहगुरु जी का खालसा वाहगुरु जी की फतेह जी। ये शर्मा ब्रदर्स ये दोनों ये दुर्लभ शर्मा ते ये अभिराल शर्मा बड़ी बुरी हालत च आए दोनों भरा मतलब अजीत रोड है ना जेड़ा अपने शहर पैंदा सीगा बठिंडा ते उत्थों ये दोनों भरावां नूं असीं लैके आए सी। एक कोठी बनी हुई सी जिहड़ी जमीन दोज हो चुकी सी मतलब उहदा 70% सच जमीन च दबिया होया सी। आले दुआले दे लोकां ने घर पा ले सी उच्चे उच्चे ते इहनां दी कोठी जिहड़ी सीगी उह नीवीं सी ते उहनूं आले दुआले मिट्टी नाल भरिया होया सी ते अंदर जे मींह पै जांदा सी पाणी भर जांदा सी तां पंप नाल बाहर कढ़णा पैंदा सी। ते इह बच्चे मम्मी पापा दी डैथ तों बाद कल्ले ही रह गए सी बाहर गेट ते चाचा नाल रहिंदा सी एड्डा वड्डा लिख के लाया सी शर्मा निवास पर उत्थे ये दोनों भरावां नूं कोई पुछण वाला नहीं सी। हालांकि परिवार दे विच बड़े संपन्न परिवार दे विच रहिंदे सी इहदे चाचा जी उत्थों दे बड़े मतलब बड़े मशहूर बड़े वड्डे पत्रकार ने बठिंडा शहर दे बैंक मैनेजर फादर साहब बैंक मैनेजर सीगे। ये भी दोनों बच्चे प्लस टू पास किए हुए सीगे। मदर भी इन्हां दे थोड़े मैंटली ठीक नहीं सी उत्थों इन्हां नूं हैरिडिटी प्रॉब्लम आ जिहड़ी ब्लड राही इन्हां नूं बच्चियां नूं डिप्रैशन मिलिया दोनों नूं ते फिर ਉਹ ਡਿਪਰੈਸ਼ਨ ਇਸ ਲੈਵਲ ਤੱਕ ਵੱਧ ਗਿਆ ਵੀ ਇਹ ਦੋਨੋਂ ਨਾ ਨਹਾਉਣ ਦਾ ਧੋਣ ਦਾ ਖਾਣ ਦਾ ਪਹਿਨਣ ਦਾ ਸਭ ਕੁਛ ਭੁੱਲ ਕੇ ਉਵੇਂ ਇੱਕ ਨਰਕ ਵਰਗੇ ਹਾਲਾਤਾਂ 'ਚ ਰਹਿੰਦੇ ਸੀ। ਪਰ ਦੁੱਖ ਇਸ ਗੱਲ ਦਾ ਵੀ ਇਹ ਤਾਂ ਬੱਚੇ ਦੋਨੋਂ ਡਿਪਰੈਸ਼ਨ ਸੀਗੇ ਬਾਕੀ ਜਿਹੜੇ ਲੋਕ ਸੀ ਉੱਥੋਂ ਦੇ ਆਸ ਪਾਸ ਦੇ ਜਿਹੜੇ ਸਮਾਜ ਸਾਡਾ ਐਡਾ ਵਿਚਰਦਾ ਜਿਹਦੇ ਵਿੱਚ ਦੁਨੀਆਦਾਰੀ 'ਚ ਅਸੀਂ ਰਹਿੰਦੇ ਹਾਂ ਉਹ ਲੋਕ ਵੀ ਕਿੰਨੇ ਅੱਖਾਂ ਤੋਂ ਅੰਨੇ ਹੋ ਚੁੱਕੇ ਸੀ। ਉਹਨਾਂ ਨੂੰ ਇਹ ਦੋਨੇ ਭਰਾ ਦਿਖਦੇ ਨਹੀਂ ਸੀਗੇ ਇੰਨੀ ਗੰਦੀ ਹਾਲਤ ਗੰਦੇ ਕੱਪੜੇ ਫਟੇ ਹੋਏ ਕੱਪੜੇ ਪਾ ਕੇ ਘੁੰਮਦੇ ਮਤਲਬ ਕੋਠੀ ਦੇ ਅੰਦਰ ਤੁਸੀਂ ਜਾ ਕੇ ਜਿਹੜੀਆਂ ਵੀਡੀਓ ਰਾਹੀਂ ਤੁਸੀਂ ਦੇਖੀਆਂ ਤਸਵੀਰਾਂ ਪੇਟੀ ਦੇ ਵਿੱਚ ਟੋਇਲਟ ਭਰੀ ਪਈ ਸੀ ਪੇਟੀ ਦੇ ਵਿੱਚ ਜਿਹਦੇ 'ਚ ਕਿਤੇ ਬਿਸਤਰੇ ਪਾਏ ਜਾਂਦੇ ਸੀ ਕਿਤੇ ਜਿਹੜੀ ਪੇਟੀ ਦੇ ਵਿੱਚ ਮਾਂ ਸਜਾ ਕੇ ਕੱਪੜੇ ਰੱਖਦੀ ਸੀ। ਭਾਈ ਸਾਹਿਬ ਕਿਵੇਂ ਉੱਥੇ ਪਰਮਾਤਮਾ ਦੇ ਮੈਂ ਜੇ ਵਿਸ਼ਵਾਸ ਕੀਤਾ ਇੱਥੇ ਆ ਕੇ ਕੀਤਾ ਵੀ ਸੱਚਮੁੱਚ ਹੀ ਰੱਬ ਹੈਗਾ ਨਹੀਂ ਪਰ ਨਹੀਂ ਇਨਸਾਨ ਨਹੀਂ ਜੀ ਨਹੀਂ ਸਾਡਾ ਇਨਸਾਨੀ ਫੱਜ ਸੀ ਉਹ ਪਰਮਾਤਮਾ ਤੁਹਾਡਾ ਕੰਮ ਕਰ ਰਿਹਾ ਹੈ ਬਹੁਤ ਚੰਗਾ ਲੱਗਦਾ ਇਹਨਾਂ ਵੀਰਾਂ ਨੂੰ ਜਦੋਂ ਮੈਂ ਦੇਖਦਾ ਅਭਿਰਾਲ ਸਾਡੇ ਨਾਲ 100% ਸੇਵਾ ਕਰਾਉਂਦਾ 100% ਬਿਲਕੁਲ ਨਾਰਮਲ ਹੋ ਗਿਆ ਅਭਿਰਾਲ ਤੇ ਇਹ ਥੋੜ੍ਹਾ ਟਾਈਮ ਲੱਗ ਗਿਆ ਦੁਰਲਭ ਨੂੰ ਕਿਉਂਕਿ ਦੁਰਲਭ ਡੀਪ ਡਿਪਰੈਸ਼ਨ ਚਲਾ ਗਿਆ ਛੋਟਾ ਸੀ ਉਮਰ ਦਾ ਇੱਕ ਤਾਂ ਤੇ ਇੱਕ ਇਹਨੇ ਹਜੇ ਦੁਨੀਆਦਾਰੀ ਦੇ ਉਹ ਕੁਛ ਦੇਖਿਆ ਹੀ ਨਹੀਂ ਸੀ ਵਿਚਾਰੇ ਨੇ ਜਿਹੜਾ ਕੁਛ ਇਹਨੂੰ ਫੇਸ ਕਰਨਾ ਪਿਆ ਤੇ ਅੱਜ ਦਾ ਸਮਾਜ ਸਾਡਾ ਜੇ ਅੱਜ ਦੀ ਰਿਸ਼ਤਿਆਂ ਦੀ ਟੁੱਟਦੀ ਹੋਈ ਖੂਨ ਦੀਆਂ ਟੁੱਟਦੀਆਂ ਹੋਈਆਂ ਤੰਦਾਂ ਨੂੰ ਜੇ ਦੇਖਣਾ ਤਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਜ਼ਰੂਰ ਝਾਤ ਮਾਰ ਕੇ ਦੇਖੋ ਪੂਰੀ ਵੀਡੀਓ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜੂ ਵੀ ਅੱਜ ਦਾ ਇਨਸਾਨ ਪੈਸਾ ਧੇਲਾ ਜ਼ਮੀਨ ਜਾਇਦਾਦ ਸਭ ਕੁਛ ਹੋਣ ਦੇ ਬਾਵਜੂਦ ਜਦੋਂ ਰਿਸ਼ਤੇਦਾਰ ਪਿੱਛੇ ਹਟ ਜਾਂਦੇ ਆ ਇੱਥੇ ਇਹਨਾਂ ਦੀ ਜ਼ਿੰਦਗੀ ਬਣ ਗਈ ਇਹ 'ਚ ਮੈਂ ਇੰਨੇ ਸਾਫ਼ ਸੁਥਰੇ ਕਦੇ ਜ਼ਿੰਦਗੀ 'ਚ ਨਹੀਂ ਦੇਖੇ ਇੰਨੇ ਸੋਹਣੇ ਅੱਜ ਦੇਖ ਕੇ ਮੇਰਾ ਮਨ ਇੰਨਾ ਮੈਂ ਜੇ ਮੇਰਾ ਬਸ ਚੱਲੇ ਭਾਈ ਸਾਹਿਬ ਦੇ ਚਰਨ ਨਹੀਂ ਲਾਵਾਂ ਜੇ ਮੈਂ ਮੈਂ ਕਹਿੰਦੀ ਸੱਚੀ ਇਹ ਤਾਂ ਪਰਮਾਤਮਾ ਹੈਗਾ ਦੁਨੀਆਂ ਦੇ ਵਿੱਚ ਵਾਹਿਗੁਰੂ ਇਹ ਐਵੇਂ ਕੋਈ ਕਰ ਨਹੀਂ ਸਕਦਾ ਜੀ ਐਵੇਂ ਕਹੀਏ ਜੇ ਤੁਸੀਂ ਕਹੀਏ ਇਨਸਾਨ ਕਰ ਸਕਦਾ ਨਹੀਂ ਕਰ ਸਕਦਾ ਉਹਦੀ ਬਖਸ਼ਿਸ਼ ਇਹਨਾਂ ਤੇ ਆ ਤਾਂ ਹੀ ਸਾਰਾ ਕੁਝ ਹੋ ਰਿਹਾ ਮੈਂ ਦੁਰਲਭ ਦੱਸ ਤੂੰ ਕਰਦਾ ਹੁੰਦਾ ਨਾ ਕੰਮ ਮਾਸੀ ਜੀ ਦਾ ਬਹੁਤ ਧੰਨਵਾਦ ਆ ਜਿਸ ਦਿਨ ਤੇ ਬੱਚੇ ਇੱਥੇ ਆਏ ਨੇ ਮੰਨ ਲਓ ਇਹ 10-15 ਗੇੜੇ ਮਾਰ ਗਏ ਨੇ ਇਹਨਾਂ ਨੂੰ ਲੈ ਕੇ ਵੀ ਜਾਂਦੇ ਨੇ ਘੁਮਾ ਕੇ ਵੀ ਲੈ ਕੇ ਆਉਂਦੇ ਨੇ ਮਤਲਬ ਆਪਣੇ ਵੱਲੋਂ ਇਹ ਪੂਰੀ ਕੋਸ਼ਿਸ਼ ਕਰਦੇ ਆ ਵੀ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਸਕਾਂ। ਚਲੋ ਵਾਹਿਗੁਰੂ ਮਿਹਰ।